लियां बड़िया जनाब सोशल मीडिया से चढ़ी जान वही मंडी फलाने फ डंकी डी लाके कुश्की रास्ते अस जोरो पपड़ जाने इस्लामाद की गल इन तीन मायूस किया ਮਾ ਜਨਾਬ ਅੱਜ ਖੁਸ਼ ਹੋ ਕੇ ਨਾ ਗ੍ਰਫਤਾਰੀਆਂ ਦਿੱਤੀਆਂ ਨੀ ਨਾ ਤੇ ਮੈਂ ਪਰੋ ਲਤੀਫਾ ਸੁਣਾਵਾਂ ਹੁਣ ਗੱਲ ਸਾਰੀ ਸੁਣਿਆ ਮੋਂ ਸੁਪਰੀਮ ਕੋਰਟ ਦੇ ਫੈਸਲੇ ਤੇ ਵੀ ਗੱਲ ਕਰਨੇ ਆ ਡਾਕਟਰ ਯਾਸਮੀਨ ਰਾਸ਼ਦ ਦੇ ਤੇ ਵੀ ਗੱਲ ਕਰਨੇ ਆ ਬੜੇ ਅੱਜ ਵੀਡੀਓ ਲੈ ਆਏ ਨਹੀਂ ਗੱਲ ਸੁਣਾਣਾ ਜੰਗ ਲੱਗ ਗਈ ਤੇ ਮਰਾਸੀ ਵੀ ਜੰਗ ਹੈ ਵੇ ਟੁਰ ਗਿਆ ਮਰਾਸੀ ਭਾਈਆਂ ਤੋਂ ਬਾਹਰਤ ਉਹ ਨਾ ਜੀ ਹੁਣੀ ਹੁਣ ਫਰ ਲੱਗਦੇ ਜਾਣ ਤੇ ਉਹ ਮਰਦੇ ਜਾਣ ਸਾਰੇ ਆਪੋ ਆਪਲਾ ਛਾਂਡਾਂ ਦੇ ਜਾਣ ਮਰਾਸੀਆਂ ਸਹੀ ਹੋਇਆ ਬਬਰੂ ਬਣਿਆ ਉਹ ਥੋੜਾ ਥੋੜੀ ਜਿਹੀ ਆਪਣੀ ਉਂਗਲੇ ਕਾਪ ਕੇ ਨਾ ਉਹ ਵੀ ਲਾਸ਼ਾਂ ਵੇ ਇਨਾਂ ਡੇਗ ਗਿਆ ਜੰਗ ਮੋਗ ਗਈ ਦੁਸ਼ਮਣ ਆਏ ਉਹ ਜਨਾਬ ਠੁੱਡੇ ਛੱਡੇ ਮਾਰ ਕੇ ਕੋ ਚਾਂ ਚੂਣ ਲੱਗ ਪੈ ਨਾਲੇ ਵੇਖ ਲਾ ਪਾ ਕਿਹੜਾ ਮਰਿਆ ਕਿਹੜਾ ਨਹੀਂ ਲਾਸ਼ਾਂ ਵਗਾਣੇ ਵਾਸਤੇ ਉਹ ਇਦਰੇ ਸਾਰੀਆਂ ਲਾਸ਼ਾਂ ਕੋਲੋਂ ਪਛਾਣ ਜੇ ਥੋੜਾ ਉਹਨਾਂ ਮਰਾਸੀਆਂ ਚ ਆਇਆ ਨਾ ਤੇ ਰੱਬੋ ਇੱਕੀ ਫੌਦੀਆਂ ਦੇ ਨਾਲ ਹਾਥ ਨਾ ਮਰਾਸੀਏ ਦੇ ਨਾ ਵੱਖੀ ਤੇ ਲੱਗਾ ਤੇ ਉਹ ਨਾ ਥੋੜੀ ਕੋਤ ਕਤਾੜੀ ਨਿਕਲੀ ਤੇ ਮਰਾਸੀ ਅੱਗੇ ਆਖ ਆਖਦਾ ਹੂੰ ਹੂੰ ਅੱਛਾ ਇੰਦਾ ਨਾਲ ਮਜ਼ਾਕ ਨਹੀਂ ਕਰੀਦੇ ਇਹ ਗੱਲ ਮੇਰੇ ਜ਼ਿਲ੍ਹੇ ਮੰਡੀ ਬੌਦੀਨ ਚ ਉਮਰਾਲ ਸਾਰੇ ਪੰਜਾਬ ਚ ਮੁੰਨ ਮੇਰੇ ਜ਼ਿਲ੍ਹੇ ਵਿੱਚ ਬਾ ਕਰਮਾ ਲਿਆ ਉਹ ਜੇ ਗ੍ਰਿਫਤਾਰੀ ਦੇਣੀ ਹੈ ਤਾਂ ਥੋੜਾ ਜਿਹਾ ਆਪਣੇ ਘਰੇ ਤੋਂ ਆਪਣੇ ਸੈਕਟਰੀਏਟ ਤੋਂ ਆਪਣੀ ਇਲਾਕੇ ਤੋਂ ਜਾਂ ਮਤਲਬ ਜਿਹੜੀ ਤੁਹਾਡੀ ਰੈਸ਼ ਗਿਆ ਥੋੜਾ ਜਿਹਾ ਸਾਈਡ ਤੋਂ ਹੋ ਕੇ ਵੇਖ ਲਓ ਬਸ ਸਹੀ ਤੇ ਹੋਵੇ ਤੁਹਾਡੇ ਮਾ ਕੁਝ ਨਿਕਲੇ ਹੋ ਕੋਈ ਜਗਾ ਆਏ ਹੋ ਤੇ ਅੱਗੋਂ ਤੁਸੀਂ ਫਤਿਹ ਗਏ ਯਕੀਨ ਕਰ ਜੋ ਬੂਹੇ ਚੋਂ ਨਿਕਲੇ ਨੇ ਤੇ ਪੋਲਸ ਵਾਲੇ ਨਾਲ ਕਹਿਣਾ ਸਾਰਨ ਫਾਲੋ ਨੀਰਾ ইমরান ਖਾਨ ਦੇ ਸਾਹਮਣੇ ਸੱਚੇ ਹੋਣੇ ਵਾਸਤੇ ਇੱਥੋਂ ਪਤਾ ਲੱਗਿਆ ਵਾ ਇਹਨਾਂ ਸ਼ਕਲਾ ਲਈ ਹੁਣੀ ਤਬਦੀਲੀ ਭਾਵੇਂ ਮੇਰੀ ਗੱਲ ਕਿਸਨ ਚੰਗੀ ਲੱਗੇ ਜਾਂ ਕੌੜੀ ਲੱਗੇ ਦੂਜੀ ਗੱਲ ਇੱਕ ਸੁਣ ਲੋ ਬੰਦੇ ਹਮੇਸ਼ਾ ਜਾਨ ਦੇਂਦੇ ਨੇ ਮذਬੀ ਜਮਾਤਾਂ ਵਾਲੇ ਮذਬ ਵਾਸਤੇ ਜਾਂ ਗੈਰਤ ਵਾਸਤੇ ਅੱਗੇ ਵੀ ਇੱਕ ਪੋਸਟ ਬੜੀ ਮਸ਼ਹੂਰ ਹੋਈ ਹੈ ਬਾ ইমরান ਖਾਨ ਨੂੰ ਚਾਹੀਦਾ ਹੈ ਉਹ ਅਨਾਊਂਸਮੈਂਟ ਕਰੇ ਬਾ ਟਿਕਟ ਦੇਵੇ ਦਾ 50% ਵਰਕਰਾਂ ਨਾਰਮਲ ਗਰੀਬ ਬੰਦਿਆਂ ਨ ਮਿਡਲ ਕਲਾਸ ਨੂੰ ਕਿਉਂਕਿ ਜਿਹੜੀ ਹਾਈ ਕਲਾਸ ਹੈ ਇਹਨਾਂ ਤੇ ਉਮੀਦ ਨਾ ਰੱਖਿਆ ਇਹ ਨੇਰੇ ਸੁੱਕੇ ਕੈਮਰੇ ਅੱਗੇ ਆ ਕੇ ਸ਼ੋਅ ਮਾਰਦੇ ਨੇ ਸਿਆਲ ਕੋਟੋ ਤੇ ਕਉਦੋ ਪ੍ਰੋਗਰੈਸ ਨਹੀਂ ਵਿਖਾਉਂਦੇ ਅਗਰ ਇਮਰਾਨ ਖਾਨ ਨਾਲ ਖੈਬਰ ਪਖਤੂਨ ਖਾਨ ਨਾ ਨਾ ਹੋਵੇ ਤੇ ਆ ਪਠਾਨ ਨਾ ਹੋਣ ਯਕੀਨ ਕਰੋ ਕਿ ਚਾਰ ਬੰਦੇ ਵੀ ਬਾਹਰ ਨਾ ਨਿਕਲਣ ਕਿਉਂਕਿ ਜੇਲ੍ਹਾਂ ਤੋਂ ਵੀ ਡਰਦੇ ਨੇ ਇਹ ਗਰਮੀ ਤੋਂ ਵੀ ਡਰਦੇ ਨੇ ਇਹਨਾਂ ਠੋਠੋ ਕਾਰਵਾਈ ਪੂਰੀ ਕੀਤੀ ਬਾ ਫੋਟੋ ਹੋ ਜਾ ਸਾਡੀ ਇੱਕ ਵਾਰੀ ਕੈਮਰੇ ਦੇ ਸਾਹਮਣੇ ਆ ਜਾਵੀਂ ਗ੍ਰਿਫਤਾਰੀਆਂ ਅਸੀਂ ਦੇ ਛੱਡਨੇ ਆ ਬਾਕੀ ਜਨਾਬ ਪਹਿਲੋ ਉਹ ਲੋ ਇਸਲਾਮਾਬਾਦ ਹਾਈ ਕੋਰਟ ਦਾ ਫੈਸਲਾ ਆਇਆ ਉਸ ਨੂੰ ਡੀਸੀ ਇਸਲਾਮਾਬਾਦ ਨਹੀਂ ਮੰਨਿਆ ਮੂਨ ਹੁਣ ਸੁਪਰੀਮ ਕੋਰਟ ਦਾ ਆਇਆ ਹੁਣ ਵੇਖੋ ਅੱਗੇ ਅੱਗੇ ਕੀ ਹੁੰਦਾ ਤੇ ਜਨਾਬ ਉਹ ਨਾ ਜਾਣ ਦੀ ਉਸ ਕੀ ਕਰ ਲੈਣਾ ਇਸਲਾਮਾਬਾਦ ਪਹੁੰਚਣ ਦਿਓ ਮੁਰ ਵੇਨੇ ਅੱਗੇ ਦਰਨੇ ਚ ਪੇਸ਼ ਰਫਤ ਕੀ ਹੁੰਦੀ ਅੱਜ ਦੀ ਪ੍ਰੋਗਰੈਸ ਤੇ ਇੰਤਾਈ ਮਾਇੂਸ ਕੋਣ ਰਹੀ ਏ ਬੁੜੀਆਂ ਲਾਲਾ ਸ਼ਾਬਾਈ ਸਾਰਿਆਂ ਮਣੇ ਖਾਸ ਕਰਕੇ ਮੇਰੇ ਜ਼ਿਲ੍ਹੇ ਚ ਤੇ ਮੈਂ ਤੇ ਜਨਾਬ ਬਹੁਤ ਜ਼ਿਆਦਾ ਇਸ ਆਜ਼ਾਦੀ ਮਾਰਚ ਮੇਰੇ ਇਲਾਕੇ ਚੋਂ ਜਿਹੜਾ ਨਿਕਲਿਆ ਨਾ ਇਸ ਤੇ ਮੈਂ ਮਾ ਯੂਸੀ ਦਾ ਇਜ਼ਹਾਰ ਕਰਦਾ ਇੱਥੇ ਗੱਲਾਂ ਡਕਸਾਂ ਆਕਸਾਸਦਰ ਹੋ ਵਸਦਰ ਹੋ ਉਚੇ ਟਾਣਾ ਹੀ ਰੋ ਰੱਬ ਸੁਣ ਰਿਹਾ ਵਾ